ਘਰ ਬੈਠੇ ਹਾਂ, ਸ਼ਾਂਤਮਈ ਤਰੀਕੇ ਦੇ ਨਾਲ ਬੈਠੇ ਹਾਂ। ਸਾਰਿਆਂ ਨੂੰ ਬੇਨਤੀ ਆ ਵੀ ਇੱਦਾਂ ਹੀ ਬੈਠ ਲਓ ਸ਼ਾਂਤਮਈ ਤਰੀਕੇ ਦੇ ਨਾਲ। ਆਪਾਂ ਥੋੜ੍ਹੀ ਦੇਰ ਇਹਨਾਂ ਦਾ ਇੰਤਜ਼ਾਰ ਕਰਾਂਗੇ, ਨਹੀਂ ਤਾਂ ਉਸ ਤੋਂ ਬਾਅਦ ਨਹੀਂ ਫਿਰ ਹਾਈ ਕੋਰਟ ਦੀ ਤਿਆਰੀ ਖਿੱਚਦੇ ਆ ਜੀ। ਹੋਰ ਕੀ ਆ, ਕਿਉਂਕਿ ਦੋ ਆਪਣੇ ਐਮਐਲਏ ਸਾਹਿਬਾਨ ਪਾਰਟੀ ਦੇ ਮੁਖੀ ਕਰ ਲੈ ਯਾਰ, ਤੂੰ ਸਲਾਣੀ ਕਰ ਲੈ ਜੇ ਕਰਨ ਕਰ ਲੈ ਬਣਾ ਪਾਰਟੀ ਦੇ ਸਰਪ੍ਰਸਤ ਜਥੇਦਾਰ ਪਰਮਿੰਦਰ ਸਿੰਘ ਬੈਸ ਜੋ ਆਪਣੇ ਕੋਲ ਜਾਣਕਾਰੀ ਆਪਾਂ ਦੇਖਿਆ ਜ਼ਖਮੀ ਹਾਲਤ ਦੇ ਵਿੱਚ ਨੂੰ ਹੋ ਕੀ ਹੋ ਸਕਦਾ ਜ਼ਖਮੀ ਹਾਲਤ ਦੇਖਣੀ ਹੈ ਨਾਲ ਜਿਹੜੇ ਹੋਰ ਸਾਥੀ ਉਹ ਵੀ ਜ਼ਖਮੀ ਆ ਸਹਿਬਾਨ ਮਹਿੰਦਰ ਹੁਸੈਨ ਜੀ ਬਾਕੀ ਰੱਖਦਾ ਅੰਤਰਾਤੀ ਨੂੰ ਬਣਿਆ ਹੋਵੇ ਉਹਨੂੰ ਵੀ ਜ਼ਖਮੀ ਹੋਵੇ ਤਾਂ ਹਸਪੀਟਲ ਵਿੱਚ ਲੈ ਕੇ ਇਹ ਅਣਮਨੁੱਖੀ ਵਤੀਰਾ ਜਿਹੜਾ ਪੰਜਾਬ ਦੀ ਪੁਲਿਸ ਕੈਪਟਨ ਅਮਰਿੰਦਰ ਸਿੰਘ ਦੇ ਇਸ਼ਾਰੇ ਤੇ ਕਰ ਰਹੀ ਹੈ ਤਾਂ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਸਿਮਰ ਬੇਨਤੀ ਹੈ ਕਿ ਇਸੇ ਤਰ੍ਹਾਂ ਸਾਡੇ ਜਿੰਨਾਂ ਦੇ ਰੱਖੋ ਦੋ ਚਾਰ ਪੰਜ ਮਿੰਟ ਆਪਾਂ ਇਹਨਾਂ ਨੂੰ ਦੇਖ ਕੇ ਉਸ ਤੋਂ ਬਾਅਦ ਅਗਲੀ ਜਿਹੜੇ ਹੈਗੇ ਆ ਉਹ ਰਣਨੀਤੀ ਸਾਰੇ ਸਾਥੀ ਜੀ ਜਾਣ ਠੀਕ ਹੈ ਜੀ। ਆਹਾਂ ਕਹਿਣਾ ਬਾਈ ਨੂੰ ਚਾਹੇ ਲੈ ਕੇ ਘੱਟ ਆਓ ਬੇਨਤੀ ਦੇ ਲਿਆਓ ਪਰ ਉਹ ਲੈ ਕੇ ਆਓ ਜਿਹੜੇ ਅੱਖੀ ਲੱਗਣ ਸੁਣ ਜਿਹੜਾ ਜਿਹੜੇ ਹਲਕੇ ਦਾ ਉਹ ਹਲਕੇ ਇੰਚਾਰਜ ਦੀ ਜ਼ਿੰਮੇਵਾਰੀ ਪੰਜਾਬ ਦਾ ਬੰਦਾ ਜ਼ਿੰਮੇਵਾਰੀ ਨਾ ਹੋਵੇ ਥੋੜ੍ਹਾ ਸਾ ਇਸੇ ਕੰਮ ਰਹਿ ਜਾਵੇ ਜਰਨੈਲ ਨੰਗਲ ਫਗਵਾੜਾ ਦੇ ਇੰਚਾਰਜ ਪੁਲਿਸ ਪ੍ਰਸ਼ਾਸਨ ਨਾਲ ਗੱਲ ਕਰ ਰਹੇ ਨੇ ਮਨਵਿੰਦਰ ਸਿੰਘ ਗਿਆਸਪੁਰਾ ਸਿਮਰਜੀਤ ਸਿੰਘ ਬੈਂਸ ਗਗਨਦੀਪ ਸਿੰਘ ਸੰਨੀ ਕੈਂਤ ਬਲਦੇਵ ਸਿੰਘ ਪ੍ਰਧਾਨ ਸਾਰਿਆਂ ਨੂੰ ਇੱਥੇ ਪੁਲਿਸ ਸਟੇਸ਼ਨ ਵਿੱਚ ਰੱਖਿਆ ਗਿਆ ਹੈ ਜਰਨੈਲ ਨੰਗਲ ਉਹਨਾਂ ਨਾਲ ਗੱਲ ਕਰ ਰਹੇ ਨੇ ਪ੍ਰਸ਼ਾਸਨ ਨਾਲ ਕੁਛ ਤਾਂ ਗੱਲ ਕਹਿਣਾ ਨਾ ਸਾਨੂੰ ਆਹੋ ਮੈਂ ਘਰ ਜਾਈਏ ਉਹ ਕਹਿਣ ਕਿ ਲੱਗੇ ਨਾ ਸਾਨੂੰ ਦੱਸਣ ਤਾਂ ਸਹੀ ਐਡਾ ਕਿਹੜਾ ਯਾਰ ਦੋ ਐਮਐਲਏ ਜੁਰਮ ਕਰਤਾ ਮੁੱਖ ਮੰਤਰੀ ਦਾ ਘਰ ਮੁੱਖ ਮੰਤਰੀ ਪੰਜਾਬ ਦਾ ਅਸੀਂ ਵੀ ਪੰਜਾਬ ਦੇ ਅਸੀਂ ਕਿਹੜਾ ਪਾਕਿਸਤਾਨ ਆਏ ਅਸੀਂ ਵੀ ਪੰਜਾਬ ਦੇ ਵਾਸੀ ਹਾਂ ਅਸੀਂ ਵੀ ਜੇ ਕੋਈ ਭਲੇ ਦੀ ਗੱਲ ਕਰ ਰਹੇ ਹਾਂ ਤਾਂ ਪੰਜਾਬ ਦੇ ਲੋਕਾਂ ਦੇ ਭਲੇ ਦੀ ਗੱਲ ਕਰ ਰਹੇ ਹਾਂ ਮੈਂ ਮੰਨ ਗਿਆ ਯਾਰ ਤੁਸੀਂ ਵੀ ਸਾਡੇ ਬਰਾਬਰ ਗੱਲ ਇਹ ਆ ਵੀ ਇਸ ਵੇਲੇ ਕੋਈ ਤਾਂ ਤੁਹਾਡਾ ਮੁਖੀ ਹੋਵੇ ਕੋਈ ਤੁਹਾਡਾ ਇੰਚਾਰਜ ਹੋਵੇ ਜਿਹੜਾ ਕਹੇ ਵੀ ਮੈਂ ਰਿਸਪੋਂਸੀਬਲ ਹੈਗਾ ਮੈਡਮ ਗੁਰਪ੍ਰੀਤ ਅੰਦਰ ਨੇ ਐਸ ਐਚ ਓ ਕਿਹੜੇ ਨੇ ਇਹਨਾਂ ਦੇ ਥਾਣੇ ਦੇ ਐਸ ਐਚ ਓ ਹੈਗੇ ਨੇ ਉਹ ਵੀ ਹੈ ਨਹੀਂ ਹੁਣ ਮਤਲਬ ਪਟਿਆਲੇ ਉਹ ਕੀ ਕਰ ਰਹੇ ਆ ਡੀ ਐਸ ਪੀ ਸਾਹਿਬ ਇੱਥੇ ਖੜੇ ਸੀ ਉਹ ਕਿੱਥੇ ਗਏ ਇਸ ਵੇਲੇ ਉਹ ਕਿਸੇ ਨੂੰ ਤਾਂ ਬਾਲੀ ਵਾਰ ਛੱਡ ਕੇ ਗਏ ਹੋਣਗੇ ਜਰਨੈਲ ਨੰਗਲ ਜੀ ਕਿੰਨੀ ਦੇਰ ਤੋਂ ਤੁਸੀਂ ਇੱਥੇ ਖੜੇ ਹੋ ਤੇ ਹਜੇ ਤੱਕ ਤੁਹਾਨੂੰ ਕੋਈ ਚੌਂਕੀ ਇੰਚਾਰਜ ਜਾਂ ਕੋਈ ਜ਼ਿੰਮੇਵਾਰ ਪੁਲਿਸ ਮੁਲਾਜ਼ਮ ਮਿਲੇ ਉਰੇ ਅਸੀਂ ਡੇਢ ਘੰਟਾ ਪਹਿਲਾਂ ਇੱਥੇ ਆਏ ਸੀਗੇ ਡੇਢ ਘੰਟਾ ਪਹਿਲਾਂ ਇੱਥੇ ਡੀ ਐਸ ਪੀ ਸਾਹਿਬ ਖੜ੍ਹੇ ਸੀਗੇ ਡੀ ਐਸ ਪੀ ਸਾਹਿਬ ਨਾਲ ਸਾਡੀ ਗੱਲ ਹੋਈ ਸੀਗੀ ਡੀ ਐਸ ਪੀ ਸਾਹਿਬ ਨੇ ਸਾਨੂੰ ਇਹ ਗੱਲ ਕਹੀ ਵੀ ਅਫਸਰਾਂ ਦੇ ਨਾਲ ਗੱਲ ਹੋ ਰਹੀ ਆ ਅਤੇ ਤੁਸੀਂ ਜਿਹੜਾ ਹੈਗਾ ਥੋੜ੍ਹੀ ਦੇਰ ਵੇਟ ਕਰੋ ਅਸੀਂ ਆਰਾਮ ਨਾਲ ਜਦ ਤੱਕ ਸ਼ਾਂਤੀਪੂਰਵਕ ਬੈਠੇ ਹਾਂ ਹੁਣ ਕਰੀਬ ਡੇਢ ਘੰਟਾ ਹੋ ਗਿਆ ਡੀ ਐਸ ਪੀ ਸਾਹਿਬ ਵੀ ਇੱਥੋਂ ਚਲੇ ਗਏ ਆ ਹੁਣ ਜਿੰਨੇ ਪੁਲਿਸ ਮੁਲਾਜ਼ਮ ਖੜ੍ਹੇ ਆ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਵੀ ਤੁਹਾਡਾ ਚੌਂਕੀ ਇੰਚਾਰਜ ਕੌਣ ਆ ਉਹ ਕਹਿੰਦੇ ਜੀ ਇੱਥੇ ਹੈ ਨਹੀਂ ਅਸੀਂ ਪੁੱਛਦੇ ਹਾਂ ਤੁਹਾਡੇ ਐਸ ਐਚ ਓ ਸਾਹਿਬ ਕਿਹੜੇ ਆ ਉਹ ਕਹਿੰਦੇ ਉਹ ਇੱਥੇ ਹੈ ਨਹੀਂ ਅਸੀਂ ਪੁੱਛਿਆ ਡੀ ਐਸ ਪੀ ਸਾਹਿਬ ਕਿੱਥੇ ਨੇ ਉਹ ਕਹਿੰਦੇ ਉਹ ਵੀ ਇੱਥੇ ਹੈ ਨਹੀਂ ਉਹ ਵਾਰਸ ਕੋਈ ਨਹੀਂ ਇਸ ਵੇਲੇ ਸਾਨੂੰ ਕੋਈ ਨਹੀਂ ਦੱਸ ਰਿਹਾ ਅਸੀਂ ਕਹਿ ਰਹੇ ਵੀ ਸਾਡੇ ਕਿੰਨੇ ਸਾਥੀ ਅੰਦਰ ਜ਼ਖਮੀ ਹਾਲਤ ਨੇ ਸਾਨੂੰ ਦੋ ਬੰਦਿਆਂ ਨੂੰ ਚਾਰ ਬੰਦਿਆਂ ਨੂੰ ਜਾ ਕੇ ਸਾਨੂੰ ਮਿਲਾਓ ਤਾਂ ਸਹੀ ਅਸੀਂ ਦੇਖੀਏ ਸਹੀ ਉਹਨਾਂ ਨੇ ਕਿਹੜਾ ਐਡਾ ਜ਼ੁਰਮ ਕਰ ਦਿੱਤਾ ਹੈਗਾ ਸਾਡੇ ਸਾਥੀ ਜ਼ਖਮੀ ਹਾਲਤ ਦੇ ਵਿੱਚ ਔਰ ਦੋ ਮੈਂਬਰ ਵਿਧਾਨ ਸਭਾ ਦੇ ਜਿਹੜੇ ਮੌਜੂਦਾ ਵਿਧਾਨ ਸਭਾ ਦੇ ਮੈਂਬਰ ਨੇ ਉਹ ਦੋ ਅੰਦਰ ਜ਼ਖਮੀ ਹਾਲਤ ਦੇ ਵਿੱਚ ਬਿਠਾਏ ਹੋਏ ਆ ਅਤੇ ਇਹ ਕੋਈ ਅਣਮਨੁੱਖੀ ਵਤੀਰਾ ਜਿਹੜਾ ਪੰਜਾਬ ਦੇ ਅੰਦਰ ਹੋ ਰਿਹਾ ਇਹ ਤਾਂ ਬਿਲਕੁਲ ਬਹੁਤ ਜ਼ਿਆਦਾ ਜਾਣੀ ਕਿ ਡਾਂਗ ਦੇ ਨਾਲ ਜਿਹੜੀ ਕਾਰਵਾਈ ਕਰਨੀ ਕਰਨ ਇੱਥੇ ਇੰਚਾਰਜ ਹੈ ਤਾਂ ਕੋਈ ਵੀ ਨਹੀਂ ਹੈਗੇ ਜਿਹੜੀ ਕਾਰਵਾਈ ਤੁਹਾਡੇ ਕੋਈ ਇੰਚਾਰਜ ਕੋਈ ਹੈਗੇ ਆ ਜਿਹੜੇ ਹੁਣ ਗੱਲ ਕਰ ਲੈਣੇ ਇਹਨਾਂ ਨਾਲ ਇਹ ਜਿਹੜੇ ਆਏ ਆ ਇਹ ਨੁਮਾਇੰਦੇ ਆਏ ਆ ਲੋਕ ਇਨਸਾਫ਼ ਪਾਰਟੀ ਦੇ ਇਹ ਹਲਕਾ ਫਤਿਹਗੜ੍ਹ ਸਾਹਿਬ ਤੋਂ ਇੰਚਾਰਜ ਆ ਜਰਨੈਲ ਨੰਗਲ ਜੀ ਇਹ ਜ਼ਿੰਮੇਵਾਰ ਵਿਅਕਤੀ ਆ ਇਹਨਾਂ ਨੂੰ ਤਾਂ ਤੁਸੀਂ ਇਹਨਾਂ ਦੇ ਪ੍ਰਧਾਨ ਸਾਹਿਬ ਨਾਲ ਮਿਲਾਈ ਸਕਦੇ ਹੋ ਇੰਨਾ ਵੀ ਨਹੀਂ ਕਿ ਦੋ ਬੰਦਿਆਂ ਨੂੰ ਤਾਂ ਮਿਲਾਈ ਸਕਦੇ ਹੋ ਇੰਚਾਰਜ ਇੰਨਾ ਵੀ ਕੀ ਹੋ ਗਿਆ ਉਹਨਾਂ ਨੂੰ ਗੁਣਾ ਕਰਤਾ ਜਿਹੜਾ ਤੁਸੀਂ ਨਹੀਂ ਮਿਲਾ ਰਹੇ ਉਹਨਾਂ ਨਾਲ
अपनी नेम प्लेट है नी सानू ना पुछण डए ऐदां ही उत्थे धरने दे विच कीती आ सिविल वर्दी दे विच जिहड़े इहनां दे डांगा फड़ी पता नहीं कांग्रेस दे गुंडे सी पता नहीं पंजाब पुलिस दे मुलाजम सीगे उहनां ने डांगा भराईआं वर्दी वाले ने किसे ने डांग नहीं मारी हैरानगी दी गल इह आ वर्दी वाले ने किसे ने डांग नहीं मारी जिहड़े सिविल दे विच सीगे उहनां ने डांगा भराईआं हुण कोई भी तुहानूं स्पष्ट स्पष्ट जवाब कोई नहीं मिल रिहा उरे ना देखो तुहाडे नाल असीं भी बैठे आ खड़े आ साडी ड्यूटी आ तुहाडी भी ड्यूटी आ तुसीं अपना कार्य कर रहे हो अपना कर रहे हो पर प्लीज आपां जे समझदे ना गल हां जी करांगे जमानत ਸਾਨੂੰ ਇਸ ਗੱਲ 'ਤੇ ਤਾਂ ਕੋਈ ਗਿਲਾ ਨਹੀਂ ਕਿ ਤੁਸੀਂ ਕੋਈ ਜਿਹੜਾ ਹੈਗਾ ਕਾਨੂੰਨ ਦੇ ਦਾਇਰੇ ਦੇ ਵਿੱਚ ਆ ਕੇ ਕੋਈ ਕਾਰਵਾਈ ਕਰਨੀ ਸਾਨੂੰ ਕੋਈ ਗਿਲਾ ਨਹੀਂ ਕੋਈ ਗਿਲਾ ਨਹੀਂ ਸਾਨੂੰ ਨਹੀਂ ਕੋਈ ਗਿਲਾ ਸਰਕਾਰਾਂ ਤਸ਼ੱਦਦ ਕਰਦੀਆਂ ਸਾਡੇ ਦੇ ਪਰਚਾ ਉਹ ਪਰਚਾ ਸਾਡੇ ਲਈ ਮੈਡਲ ਹੈ ਜਦੋਂ ਤੁਹਾਡੀ ਛਾਤੀ 'ਤੇ ਲਗਾਉਣਾ ਉਹ ਸਾਡੇ ਲਈ ਮੈਡਲ ਹੈ ਅਸੀਂ ਲੋਕਾਂ ਦੀ ਲੜਾਈ ਲੜਦੇ ਹਾਂ ਅਤੇ ਸਾਡੇ ਦੇ ਪਰਚਾ ਹੋਣਾ ਅਸੀਂ ਕਿਹੜਾ ਕੋਈ ਡੋਡੇ ਵੀ ਵੇਚਦੇ ਹਾਂ ਪਰ ਸਾਨੂੰ ਅਫਸੋਸ ਇਸ ਗੱਲ ਦਾ ਆ ਵੀ ਡੇਢ ਘੰਟਾ ਪਹਿਲਾਂ DSP ਸਾਹਿਬ ਨੇ ਇਹ ਗੱਲ ਕਹੀ ਸੀ ਤੁਹਾਡੀ ਹਾਜ਼ਰੀ 'ਚ ਤੁਸੀਂ ਵੀ ਤਾਂ ਇੱਥੇ ਖੜੇ ਹੋ ਉਹਨੇ ਕਿਹਾ 5-10 ਮਿੰਟ ਵੇਟ ਕਰੋ ਅਫਸਰ ਆ ਰਹੇ ਹੁਣ ਡੇਢ ਘੰਟਾ ਹੋ ਗਿਆ DSP ਸਾਹਿਬ ਆ ਹੀ ਚਲੇ ਗਏ ਸਾਹਮਣੇ ਆ ਆਹੀ ਸੜਕ ਉਹ ਆਪ ਹੀ ਚਲੇ ਗਏ ਨਹੀਂ ਨਹੀਂ ਉਹਨੇ ਇੱਥੇ ਨੇ ਡਿਪਟੀ ਸਾਹਿਬ ਕਿੱਥੋਂ ਲੰਘੇ ਯਾਰ ਨਹੀਂ ਨਹੀਂ ਫਿਰ ਉਹ ਦੱਸਦੇ ਕਿਉਂ ਨਹੀਂ ਜਿੰਨੇ ਤੁਹਾਡੇ ਮਲਾਜ਼ਮ ਨੇ ਉਹ ਕੋਈ ਵੀ ਨਹੀਂ ਕਹਿ ਰਹੇ ਨੋ ਨੋ ਸਾਡੇ ਇੱਕ ਬੰਦੇ ਨੂੰ ਮਿਲਾ ਦਿਓ ਨਾ ਸਾਨੂੰ ਮਿਲਾ ਦਿਓ ਬੇਨਤੀ ਗੱਲ ਸੁਣੋ ਸੁਣੋ ਮੇਰੀ ਦੇਖੋ ਇਧਰੋਂ ਹੀ ਅਸਰਾਂ ਤੁਹਾਡੇ ਸਾਹਮਣੇ ਆਉਣਾ ਕੋਈ ਨਹੀਂ ਕਿਹਾ ਅੰਦਰੋਂ ਨਾ ਕਿਸੇ ਨੇ ਜਾਣਾ ਪਰ ਤੁਸੀਂ ਜੇ ਬੇਨਤੀ ਬਰਾਏ ਮਿਹਰਬਾਨੀ ਤੁਸੀਂ 10 ਮਿੰਟ ਵੇਟ ਕਰੋ ਠੀਕ ਆ ਅਸੀਂ 10 ਮਿੰਟ ਵੇਟ ਕਰਦੇ ਹਾਂ ਜੀ ਕਰੋ ਆ ਲਓ ਜੀ ਕਰੋ ਠੀਕ ਹੈ ਵੇਟ 15 ਕਰਦੇ ਹਾਂ ਕੋਈ ਪੁਲਿਸ ਪ੍ਰਸ਼ਾਸਨ ਵੱਲੋਂ 10 ਮਿੰਟ ਦਾ ਟਾਈਮ ਦਿੱਤਾ ਗਿਆ ਹੈ ਇਹਨਾਂ ਨੂੰ ਜਰਨੈਲ ਨੰਗਲ ਜੀ ਆਸ਼ਵਾਸ਼ਨ ਤੋਂ ਬਾਅਦ ਫਿਰ ਦੁਬਾਰੇ ਧਰਨੇ ਤੇ ਬੈਠ ਗਏ ਹਨ